ਜੀ ਦੀ ਆ ਗਈ ਰਣਜੀਤ ਕੌਰ ਭਾਬੀ ਚੁੰਮਿਆਂ ਵਾਲੀ ਨਵੀਂ ਰੈਸਪੀ ਲੈ ਕੇ ਰਸੋਈ ਘਰ ਦੇ ਵਿੱਚ। ਅੱਜ ਤੁਹਾਨੂੰ ਬਣਾਉਣਾ ਸਿਖਾਊਗੀ ਆਂਡਾ ਬਰਗਰ ਕਿੱਦਾਂ ਬਣਦੇ ਆ ਤੇ ਤਰੀ ਵਾਲੀ ਭਿੰਡੀ ਦੇ ਨਾਲ ਖਾਣੇ ਆ, ਠੀਕ ਹੈ ਨਾ। ਤੇ ਇੱਧਰ ਦੇਖੋ, ਚਾਰ ਆਪਾਂ ਆਂਡੇ ਲਏ ਆ, ਦੋ ਡਬ ਰੋਟੀਆਂ ਲਈਆਂ ਵਾ, ਪਿਆਜ, ਹਰੀਆਂ ਮਿਰਚਾਂ, ਠੀਕ ਹੈ, ਟਮਾਟਰ, ਤੇ ਇਹਨਾਂ ਨੂੰ ਤੋੜਨਾ ਵਾ, ਇੱਦਾਂ ਕਰਕੇ ਤੋੜਨਾ, ਠੀਕ ਹੈ ਨਾ। ਓ ਸੋਰੀ ਸੋਰੀ ਲਵ ਸਟੋਰੀ, ਠੀਕ ਹੈ ਨਾ। ਆਹ ਦੇਖੋ, ਆਹ ਪਾ ਦੇ ਆਪਾਂ ਹਰੀਆਂ ਮਿਰਚਾਂ, ਤੇ ਆਹ ਪਾ ਦੇ ਆਪਾਂ ਪਿਆਜ, ਠੀਕ ਹੈ ਨਾ। ਥੋੜ੍ਹਾ ਜਿਹਾ ਪਾਉਣਾ ਆਪਾਂ ਨਮਕ, ਆਪਣੇ ਹਿਸਾਬ ਨਾਲ ਪਾਉਣਾ ਤੁਸੀਂ ਨਮਕ, ਠੀਕ ਹੈ ਨਾ। ਭਾਬੀ ਦੇ ਹਿਸਾਬ ਨਾਲ ਨਹੀਂ ਪਾਉਣਾ, ਅਤੇ ਨਮਕ ਨਮਕ ਪਾ ਕੇ ਪਹਿਲਾਂ ਚੰਗੀ ਤਰ੍ਹਾਂ ਮਿਕਸ ਕਰਨਾ ਇਹਨਾਂ ਨੂੰ। ਲਓ ਜੀ, ਹੋ ਗਿਆ ਨਾ ਮਿਕਸ, ਅਤੇ ਦੋ ਆਂਡੇ ਤੋੜਨੇ ਆ। ਇਹ ਲਓ ਜੀ, ਇੱਕ ਹੋਰ ਆ, ਦੇਖ ਰਹੀ ਆ, ਠੀਕ ਹੈ ਨਾ। ਹਾਂ, ਮੂੰਹ 'ਚ ਪਾਣੀ ਨਾ ਲਿਆਈ ਆਓ। ਹਾਂ ਭਾਬੀ ਨੂੰ ਕੋਈ ਨਹੀਂ, ਤੁਹਾਨੂੰ ਪਾਉਣੇ ਹਲੇ, ਅਤੇ ਦੇਖੋ ਚੰਗੀ ਤਰ੍ਹਾਂ ਮਿਕਸ ਕਰਨੇ ਆ। ਆਹ ਦੇਖੋ, ਠੀਕ ਹੈ ਨਾ, ਇੱਦਾਂ ਹੀ ਮਿਕਸ ਕਰਨੇ ਆ। ਕੀ ਹਾਲ ਚਾਲ ਆ ਫਿਰ ਤੁਹਾਡਾ। ਦਿਲ ਮੇਰਾ ਏ ਕੁੜੀਏ ਤੇਰੇ ਨਾਮ ਕਾ ਹੈ ਦੀਵਾਨਾ, ਦਿਲ ਕਰਤਾ ਹੈ ਮੈਂ ਤੁਮਸੇ ਦੁਬਾਰਾ ਕਰ ਲੂੰ ਸਾਦੀ, ਲੁਧਿਆਣੇ ਵਾਲਾ ਮੈਂ ਜੱਟ, ਲੁਧਿਆਣੇ ਵਾਲਾ ਤੂੰ ਕੁੜੀ ਅੰਬਾਲੇ ਵਾਲੀ, ਮੈਂ ਮੁੰਡਾ ਲੁਧਿਆਣੇ ਵਾਲਾ। ਲਓ ਜੀ, ਅੱਜ ਸਪੈਸ਼ਲ ਤੁਹਾਡੀ ਭਾਬੀ ਤੁਹਾਡੀ ਫਰਮਾਇਸ਼ ਤੇ ਲੈ ਕੇ ਆਈ ਆ ਆਂਡਾ ਬਰਗਰ। ਲਓ ਜੀ, ਬਾਗੇ ਪੁਰਾਣੇ ਤੋਂ ਆਊਗਾ ਹੁਣ ਇਹਦਾ ਮਿਲ ਲਈ ਪਿਓ, ਅਤੇ ਆਂਡਾ ਬਰਗਰ ਖਾਣ ਲਈ ਵੀ ਇਹਦਾ ਆਊਗਾ ਪਿਓ। ਇੱਕ ਦਿਨ ਦੀ ਗੱਲ ਆ ਭਾਈ, ਇਹਦੇ ਬੁੜੇ ਨੇ ਕੀ ਕੀਤਾ, ਬਾਗੇ ਪੁਰਾਣੇ ਤੋਂ ਸਾਈਕਲ ਚੱਕਿਆ, ਸਿੱਧਾ ਲੁਧਿਆਣੇ ਮੇਰੇ ਕੋਲ ਆ ਗਿਆ। ਔਰ ਗਾਹਾਂ ਇਹਨੇ ਕੀ ਕੀਤਾ, ਰਣਜੀਤ ਕੌਰ ਨੇ, ਤੁਹਾਡੀ ਭਾਬੀ ਨੇ ਆਲੂ ਮਟਰਾਂ ਦੀ ਸਬਜ਼ੀ ਬਣਾ ਲਈ, ਨਾਲ ਬਣਾ ਲਏ ਚੌਲ ਵੀ ਚੱਲ ਭਾਪਾ ਖਾ ਲੂਗਾ, ਅਤੇ ਇਹਨੇ ਵਿਚਾਰੀ ਨੇ ਰਾਇਤਾ ਵੀ ਬਣਾ ਲਿਆ, ਹੈ ਨਾ। ਔਰ ਭਾਬੇ ਨੇ ਕੀ ਕੀਤਾ, ਬੇਟੇ ਤੇ ਬੈਠਾ ਬੈਠਾ ਉੱਠ ਕੇ ਤੁਰ ਗਿਆ, ਹੈ ਨਾ। ਜਦ ਉੱਠ ਕੇ ਤੁਰਿਆ, ਇਹ ਕਹਿੰਦੇ ਭਾਪਾ ਤੂੰ ਕਾਹਤੋਂ ਜਾਣ ਲੱਗਿਆ ਵਾ, ਕਹਿੰਦਾ ਮੈਂ ਤੁਹਾਡੇ ਕੋਲ ਆਲੂ ਮਟਰਾਂ ਦੀ ਸਬਜ਼ੀ ਅਤੇ ਨਾਲ ਚੌਲ ਖਾਣਾ ਆ। ਇਹ ਕਹਿੰਦਾ ਫਿਰ ਭਾਪਾ, ਕਹਿੰਦਾ ਭਾਈ ਆਇਆ ਕਰੋ, ਬੱਕਰੇ ਦਾ ਮੀਟ ਲਿਆਓ, ਠੀਕ ਆ ਨਾ, ਨਾਲ ਮੈਨੂੰ ਵਧੀਆ ਲਿਆ ਕੇ ਦਿਓ। ਇਹ ਕਹਿੰਦੀ ਦੇਖ ਭਾਪਾ ਜੀ, ਕਿ ਮੇਰੇ ਘਰ ਵਾਲਾ ਤਾਂ ਦਾਰੂ ਪੀਂਦਾ ਨਹੀਂ ਹੈਗਾ, ਕਹਿੰਦਾ ਉਹ ਨਾ ਪੀਵੇ, ਮੈਂ ਨਾ ਪੀਊਂਗਾ। ਤਾਂ ਚੱਲ ਇਹਨੇ ਕੀ ਕੀਤਾ, ਕਿਸੇ ਮੁੰਡੇ ਨੂੰ ਭੇਜਿਆ, ਨਾਲ ਬੱਕਰੇ ਦਾ ਮੀਟ ਲਿਆਂਦਾ, ਨਾਲੇ ਉਹਨੂੰ ਵਧੀਆ ਲਿਆ ਕੇ ਦਿੱਤਾ। ਪਰ ਜਿਹੜੀ ਦਾਰੂ ਆ ਨਾ, ਸਿਹਤ ਲਈ ਹਾਨੀਕਾਰਕ ਆ, ਪੀਣੀ ਨਹੀਂ ਚਾਹੀਦੀ, ਕੋਈ ਵੀ ਨਸ਼ਾ ਨਹੀਂ ਕਰਨਾ ਚਾਹੀਦਾ, ਕਿ ਨਹੀਂ। ਉਹ ਮੁੰਡਿਓ ਡੰਡ ਬੈਠ ਕਾ ਮਾਰੋ, ਕੁੜੀਓ ਆਪਣਾ ਰੂਪ ਸੰਗਾਰੋ, ਉਹ ਮੁੰਡਿਓ ਡੰਡ ਬੈਠ ਕਾ ਮਾਰੋ, ਕੁੜੀਓ ਆਪਣਾ ਰੂਪ ਸੰਗਾਰੋ, ਆਖਰ ਨੂੰ ਕਮਿਆਉਣੀ ਜਿਹੜੀ ਖਾਦੀ ਚੂਰੀ ਏ, ਖਾਦੀ ਚੂਰੀ ਏ। ਲਓ ਜੀ, ਆਪ ਆਪਾਂ ਤਾਂ ਕਿਉਂ, ਠੀਕ ਹੈ ਨਾ। ਤੇ ਆਹ ਜਿਹੜਾ ਬਚਿਆ ਹੋਇਆ ਆਂਡਾ ਵਾ, ਤੇ ਆਹ ਪਾਤਾ ਆਪਾਂ ਆਂਡਾ। ਲਓ ਜੀ, ਚੰਗੀ ਤਰ੍ਹਾਂ। ਤੇ ਆਹ ਜਿਹੜਾ ਬਚਿਆ ਹੋਇਆ ਬ੍ਰੈਡ ਆ, ਜਿਹੜਾ ਥੱਲੇ ਲਾਉਣਾ ਵਾ ਆਪਾਂ, ਠੀਕ ਹੈ ਨਾ, ਡਬਲ ਰੋਟੀ। ਲਓ ਜੀ, ਦੇਖੋ ਇੱਧਰ ਕਰਾਂ, ਚੰਗੀ ਤਰ੍ਹਾਂ ਦੇਖ ਲਓ, ਠੀਕ ਹੈ ਨਾ। ਫਿਰ ਭੁੱਲਣਾ ਜਾਇਓ, ਠੀਕ ਹੈ ਨਾ। ਜਦੋਂ ਆਪਾਂ ਆਂਡਾ ਪਾਉਣਾ ਵਾ, ਉਦੋਂ ਤੇ ਟਮਾਟਰ ਰੱਖਣੇ ਆ, ਠੀਕ ਹੈ ਨਾ। ਫਿਰ ਉਹਨੂੰ ਰਾੜ ਕੇ ਚੰਗੀ ਤਰ੍ਹਾਂ ਇੱਧਰ ਦੇਖ ਲਓ, ਪਲਟਾ ਮਾਰਨਾ, ਪਲਟਾ ਮਾਰਨਾ ਚੰਗੀ ਤਰ੍ਹਾਂ, ਪਹਿਲਾਂ ਪੱਕ ਜਾਣ ਤੋਂ, ਠੀਕ ਹੈ ਨਾ। ਨਾਲੇ ਤਰੀ ਵਾਲੀ ਭਿੰਡੀ ਆ, ਉਹਦੇ ਨਾਲ ਖਾਣ ਲਈ ਫਟਾਫਟ ਸਾਈਕਲ ਚੱਕਣਾ ਵਾ, ਚੁੱਪ ਕਰਕੇ ਭੱਜਿਆ ਆਉਣਾ ਵਾ, ਕਿ ਨਹੀਂ। ਇੰਨੀ ਸਪੀਡ ਆ ਉਸ ਬੰਦੇ ਦੀ ਸਾਈਕਲ ਦੀ, ਮੈਂ ਕਹਿੰਦਾ ਮਿੰਟੋ ਮਿੰਟ ਹੀ ਆ ਜਾਂਦਾ ਵਾ। ਇੱਕ ਦਿਨ ਕੀ ਕੀਤਾ, ਪਿੰਡ ਦੇ ਵਿੱਚ ਉਹ ਜਿਹੜੀ ਟੈਂਕੀ ਸੀ ਨਾ, ਉਹ ਗਲਤ ਜਗ੍ਹਾ ਤੇ ਬਣ ਗਈ, ਵੱਡੀ ਸਾਰੀ ਟੈਂਕੀ। ਹਾਂਜੀ, ਇਹਦਾ ਪਾਪਾ ਪਤਾ ਕੀ ਕਹਿੰਦਾ, ਕਹਿੰਦਾ ਮੈਂ ਐਂ ਕਰੋ, ਠੀਕ ਆ ਨਾ,
ਵੀ ਇਹ ਜਿਹੜੀ ਟੈਂਕੀ ਦੀ ਤੁਸੀਂ ਚਿੰਤਾ ਨਾ ਕਰੋ, ਇਹ ਟੈਂਕੀ ਦਾ ਚੱਕ ਕੇ ਮੈਂ ਦੂਜੀ ਜਗ੍ਹਾ ਤੇ ਕਰ ਦੂੰਗਾ। ਆਪਣਾ ਬਰਗਰ ਬਣ ਕੇ ਤਿਆਰ ਹੋ ਗਿਆ, ਠੀਕ ਹੈ ਨਾ, ਉਤੋਂ ਨੱਪੀ ਚੱਲੋ, ਠੀਕ ਹੈ ਨਾ, ਮੁੜਕੇ ਨੇ ਪੱਕ ਜਾਣਾ ਚੰਗੀ ਤਰ੍ਹਾਂ, ਠੀਕ ਹੈ ਨਾ। ਇਹ ਲਓ ਜੀ, ਹੋ ਗਿਆ ਨਾ ਤਿਆਰ ਆਪਣਾ ਬਰਗਰ, ਤਰੀ ਵਾਲੀ ਭਿੰਡੀ ਨਾਲ ਖਾਣਾ ਵਾ, ਠੀਕ ਆ ਨਾ, ਤਰੀ ਵਾਲੀ ਭਿੰਡੀ ਤੋਂ ਬਿਨਾਂ ਨੀ ਖਾਣਾ, ਉਹ ਵੀ ਕੱਚ ਦੇ ਗਲਾਸ ਚ ਪਾ ਕੇ ਉੱਪਰ ਦੀ ਤਰੀ ਵਾਲੀ ਭਿੰਡੀ ਪਾਉਣੀ ਆ, ਫਿਰ ਖਾਣੀ ਆ। ਜੇ ਕੋਈ ਮਹਿਮਾਨ ਵੀ ਆ ਜਾਵੇ ਉਹਨਾਂ ਨੂੰ ਵੀ ਕੱਚ ਦੇ ਭਾਂਡੇ ਦੇ ਵਿੱਚ ਹੀ ਜਾਂ ਕੱਚ ਦੇ ਗਲਾਸ ਦੇ ਵਿੱਚ ਹੀ ਖਵਾਉਣਾ ਵਾ। ਮਹਿਮਾਨ ਖੁਸ਼ ਹੋ ਕੇ ਜਾਣਗੇ ਭਾਈ, ਕਹਿੰਦੇ ਮਹਿਮਾਨ ਖੁਸ਼ ਆ ਤਾਂ ਸਾਰਾ ਕੁਝ ਹੀ ਖੁਸ਼ ਆ। ਪਿਆਜ਼ ਸਾਰੇ ਆਪਾਂ ਪਾ ਲੈਣਾ, ਹਰੀਆਂ ਮਿਰਚਾਂ, ਪਿਆਜ਼ ਚੰਗੀ ਤਰ੍ਹਾਂ ਇਹਨਾਂ ਨੂੰ ਫੈਂਟ ਲੈਣਾ ਵਾ, ਠੀਕ ਹੈ ਨਾ। ਥੋੜ੍ਹਾ ਜਿਹਾ ਪਾਉਣਾ ਭੰਨਾ ਮਗਰ ਆਪਣੇ ਹਿਸਾਬ ਨਾਲ ਪਾ ਲਓ, ਠੀਕ ਹੈ ਨਾ, ਭਾਬੀ ਰਣਜੀਤ ਕੌਰ ਦੇ ਹਿਸਾਬ ਨਾਲ ਨਾ ਥੋੜ੍ਹੀ ਤੁਸੀਂ, ਠੀਕ ਹੈ ਨਾ। ਇੱਕ ਗੱਲ ਹੋਰ ਸੁਣ ਲਓ, ਇਹਦਾ ਭਾਪਾ ਚਿੰਬੜਾਂ ਦੀ ਚਟਨੀ ਲੈ ਕੇ ਆ ਰਿਹਾ ਵਾ, ਇਹ ਕਹਿੰਦੀ ਮੈਂ ਤਾਂ ਚਿੰਬੜਾਂ ਦੀ ਚਟਨੀ ਨਾਲ ਹੀ ਖਾਣੇ, ਕਰਾਈ ਤੇ ਭਾਪਾ ਕਹਿੰਦਾ ਚੱਲ ਕੋਈ ਨਹੀਂ ਬਈ ਲਿਆਉਣਾ ਮੈਂ ਚਿੰਬੜਾਂ ਦੀ ਚਟਨੀ। ਲਓ ਜੀ, ਆ ਹੈਗਾ ਦੂਜਾ ਆਂਡਾ ਤੋੜਤਾ ਆਪਾਂ, ਠੀਕ ਹੈ ਨਾ, ਤੇ ਮੇਰੀ ਗੱਲ ਸੁਣ ਲਓ ਤੇ ਆਲੂ ਜੀ, ਠੀਕ ਹੈ ਨਾ। ਉਹ ਪਹਿਲਾ ਆਂਡਾ ਸੀ ਇਹ ਦੂਜਾ ਆਂਡਾ ਹੈ, ਉਹ ਪਹਿਲਾ ਆਂਡਾ ਸੀ ਇਹ ਦੂਜਾ ਆਂਡਾ, ਕਹਿਣਾ ਤਾਂ ਮੈਂ ਇਦਾਂ ਸੀਗਾ ਥੋੜੀ ਭਾਬੀ ਕਿੰਨੀ ਭੜਕੜਾ, ਠੀਕ ਹੈ ਨਾ, ਤੇ ਪਹਿਲਾ ਬਰਗਰ ਬਣਾ ਦਿੱਤਾ ਆਪਾਂ ਦੂਜਾ ਬਣਾਉਣਾ ਵਾ, ਠੀਕ ਹੈ ਨਾ, ਤੇ ਚੰਗੀ ਤਰ੍ਹਾਂ ਫੈਂਡਾ ਲਾ ਲਓ ਦੇ। ਇਹ ਲਓ ਜੀ, ਆਏ ਹਾਏ, ਲਓ ਜੀ ਆਹ ਮਾਤਾ ਪੱਕੇ ਹੋ, ਠੀਕ ਹੈ ਨਾ, ਦੇਖੋ ਇਧਰ ਘਿਓ ਚੰਗੀ ਤਰ੍ਹਾਂ ਪਾਉਣਾ ਵਾ, ਲੂਸੀ ਨਹੀਂ ਕਰਨੀ ਹੈਗੀ, ਤੇ ਆਹ ਜਿਹੜਾ ਆਂਡਾ ਆਪਾਂ ਫੈਂਟ ਕੀਤਾ ਵਾ, ਤੇ ਆਲੂ ਜੀ ਆਹ ਮਾਤਾ ਆਪਾਂ ਆਂਡਾ ਅੱਧਾ ਆਂਡਾ ਪਾਉਣਾ ਵਾ, ਪੂਰਾ ਨਹੀਂ ਆਂਡਾ ਪਾਉਣਾ ਗਾ, ਠੀਕ ਹੈ ਨਾ, ਇੱਕ ਆਂਡਾ ਪਾਉਣਾ ਵਾ। ਹਾਂਜੀ ਹਾਂਜੀ, ਹੋਰ ਤੇ ਹੋਰ ਕੀ, ਆ ਜਾਓ ਬਸ ਖਾ ਲਓ, ਭੱਜ ਕੇ ਆ ਜਾਓਗਾ ਨਾ। ਇਹਦੇ ਉੱਪਰ ਟਮਾਟਰ ਵੀ ਚੰਨੇ ਆ, ਤੂੰ ਚਣ ਉਹ ਤਾਂ ਚਿਣੂਗੀ ਨਾ, ਹਲੇ ਰੁਕ ਜੋ, ਤੁਸੀਂ ਮੇਰਾ ਦਿਮਾਗ ਨਾ ਖਰਾਬ ਕਰਿਆ ਕਰੋ, ਠੀਕ ਹੈ ਨਾ। ਹਾਂਜੀ ਤੁਸੀਂ ਖਾਣ ਵਾਲੇ ਬਣਿਆ ਕਰੋ, ਤਰੀ ਵਾਲੀ ਭਿੰਡੀ ਦੇ ਨਾਲ ਆਂਡਾ ਬਰਗਰ। ਹਾਂਜੀ ਤੇ ਲਓ ਜੀ ਆ ਰੱਖਦੀ ਆਪਾਂ ਡਬਲ ਰੋਟੀ, ਠੀਕ ਹੈ ਨਾ, ਲਓ ਜੀ ਚੰਗੀ ਤਰ੍ਹਾਂ ਨੱਪ ਲਿਓ, ਠੀਕ ਹੈ, ਆਂਡਾ ਰੋਟੀ ਨੂੰ ਭੱਜ ਨਾ ਜਾਵੇ ਕਿਤੇ ਤਵੇ ਤੋਂ ਰੁੜ ਕੇ। ਹਾਂ ਭਾਬੀ ਦਾ ਨਾਮ ਵੀ ਡਬਲ ਰੋਟੀ ਹੋਈ ਹੈ, ਭਾਬੀ ਡਬਲ ਰੋਟੀ ਵਾਂਗੂ ਫੁੱਲੀ ਪਈ ਆ ਨਾ। ਹਾਂ ਰਸਗੁੱਲਾ ਖਿਲਾ ਦੇ ਮੁਝੇ ਯਾਰ, ਖਿਲਾ ਦੇ ਮੁਝੇ ਬੀਕਾਨੇਰ ਕਾ। ਯੋ ਸਾਡੇ ਲੁਧਿਆਣੇ ਦੇ ਰਸਗੁੱਲੇ ਨਹੀਂ ਮਿਲਦੇ ਹੈਗੇ? ਮਿਲਦੇ ਆ, ਸਾਡੇ ਲੁਧਿਆਣੇ ਵਿੱਚ ਜ਼ਿਆਦਾ ਟੇਸਟੀ ਆ। ਸਾਡੇ ਲੁਧਿਆਣੇ ਦੇ ਵਿੱਚ ਕੋਈ ਵੀ ਐਸੀ ਚੀਜ਼ ਨਹੀਂ ਮੇਰੀ ਨਾ ਸਵਾਦ ਹੋਵੇ, ਠੀਕ ਹੈ ਨਾ। ਹਾਂਜੀ ਅੱਜ ਗੱਲ ਤਾਂ ਜਿਹੜਾ ਆਹ ਬਣਾ ਰਹੀ ਹੈ ਭਾਬੀ ਲੁਧਿਆਣੇ ਵਾਲਾ ਬਰਗਰ ਖਾਓ, ਜੋ ਵੀ ਤੇ ਹੈਲਦੀ ਵੀ ਆ, ਹੈਲਦੀ ਵੀ ਆ। ਸਾਡੇ ਲੁਧਿਆਣੇ ਦੇ ਅੰਦਰ ਹਰ ਇੱਕ ਚੀਜ਼ ਮਿਲਦੀ ਹੈ ਖਾਣ ਪੀਣ ਦੀ, ਕਿ ਨਹੀਂ? ਹਾਂਜੀ ਨਾਲ ਚਾਹ ਬਣਾਓ ਲੌਂਗ ਲੈਚੀਆਂ ਵਾਲੀ, ਠੀਕ ਹੈ ਨਾ, ਨਹੀਂ ਚਾਹ ਪੀਣੀ ਦੁੱਧ ਗਰਮ ਕਰੋ, ਦੁੱਧ 'ਚ ਪੱਤੀ ਪਾਵੋ। ਲਓ ਜੀ ਆਹ ਮਾਤਾ ਪੱਕੇ ਹੋ, ਠੀਕ ਹੈ ਨਾ, ਚੰਗੀ ਤਰ੍ਹਾਂ ਗਰਮ ਹੋਣ ਦਿਓ, ਅਤੇ ਆਹ ਜਿਹੜਾ ਇੱਕ ਆਂਡਾ ਬਚਿਆ ਹੋਇਆ ਵਾ, ਅਤੇ ਆਹ ਪਾਤਾ ਆਪਾਂ ਇੱਕ ਆਂਡਾ ਜਿਹੜਾ ਬਚਿਆ ਹੋਇਆ ਸੀ, ਠੀਕ ਹੈ ਨਾ, ਅਤੇ ਚੰਗੀ ਤਰ੍ਹਾਂ ਦੇਖ ਲਓ, ਹਾਂ ਭੁੱਲ ਨਾ ਜਾਇਓ ਕਿਤੇ। ਲਓ ਜੀ ਪਰ ਇਹ ਕਰ ਮੁੰਡੇ ਆ ਤੂੰ, ਆਹ ਦੇਖੋ ਜਰਾ ਡਬਲ ਰੋਟੀ ਰੱਖ ਦਿੱਤੀ ਨਾ ਆਪਾਂ। ਲਓ ਜੀ ਅਤੇ ਟਮਾਟਰ ਕੱਚੇ ਨਹੀਂ ਰਹਿਣੇ ਚਾਹੀਦੇ, ਠੀਕ ਹੈ ਨਾ, ਨੱਪ ਨੱਪ ਕੇ ਪਕਾ ਲਿਓ, ਜੇ ਨਾ ਪੱਕਣ ਤਾਂ ਦੰਦੀਆਂ ਵੱਢਿਓ ਤਾਂ ਚੰਗੀ ਤਰ੍ਹਾਂ, ਠੀਕ ਹੈ ਨਾ। ਹਾਂਜੀ ਹਾਂ ਇਹ ਨਾ ਸਮਝ ਲਿਓ ਮੈਂ ਵੀ ਦੰਦੀਆਂ ਵੱਢ ਕੇ ਖਾਣਾ ਵਾ, ਠੀਕ ਹੈ ਨਾ, ਤੇ ਤਰੀ ਵਾਲੀ ਭਿੰਡੀ। ਨਹੀਂ ਮੇਰੀ ਗੱਲ ਸੁਣ, ਸੁਣਾਓ ਜੀ, ਇੱਕ ਆਂਡਾ ਬਰਗਰ ਤਾਂ ਤੂੰ ਖਾ ਲੂਗੀ ਤਰੀ ਵਾਲਿਆ,
ਠੀਕ ਹੈ ਨਾ, ਇੱਕ ਖਾਊ ਤੇਰਾ ਬੁੜਾ, ਅੱਛਾ ਮੈਂ ਕਿੱਥੇ ਜਾਊਗਾ? ਰੋਟੀ ਤੁਸੀਂ ਪਕਾ ਲੈਣਾ, ਖਾ ਮੈਂ ਲਊਂਗੀ। ਰੇਸ਼ਮੀ ਰੁਮਾਲ ਕੁਰਤਾ ਜਾਲੀ ਦਾ, ਰੇਸ਼ਮੀ ਰੁਮਾਲ ਕੁਰਤਾ ਜਾਲੀ ਦਾ, ਰੂਪ ਸਾਨਾ ਜਾਇਰ ਨਖਰੇ ਵਾਲੀ ਦਾ। ਲਓ ਜੀ, ਬਰਗਰ ਬਣ ਕੇ ਹੋ ਗਿਆ ਆਪਣਾ ਤਿਆਰ। ਗੈਸ ਕਰਤੀ ਆਪਾਂ ਬੰਦ, ਤੇ ਤਰੀ ਵਾਲੀ ਭਿੰਡੀ ਦੇ ਨਾਲ ਖਾਓ ਕਰਾ, ਬੜਾ ਮਜ਼ਾ ਆਉਂਦਾ, ਬਹੁਤ ਸਵਾਦ ਬਣੀਆਂ ਹੋਈਆਂ ਵਾ। ਦੇਖੋ ਤਰੀ ਵਾਲੀ ਭਿੰਡੀ ਕਿੰਨੀ ਸਵਾਦ ਬਣੀ ਹੋਈ ਆ, ਠੀਕ ਹੈ ਨਾ? ਹਾਂਜੀ, ਆਂਡਾ ਬਰਗਰ ਤੁਹਾਨੂੰ ਕਿੱਦਾਂ ਦਾ ਲੱਗਿਆ, ਨਾਲ ਪਿੰਡੀਆਂ ਤੁਹਾਨੂੰ ਕਿੱਦਾਂ ਦੀ ਲੱਗੀ, ਪਲੀਜ਼ ਤੁਸੀਂ ਕਮੈਂਟਾਂ ਵਿੱਚ ਜ਼ਰੂਰ ਦੱਸਣਾ। ਹੰਸ ਫੈਮਿਲੀ ਵਾਲਾ ਸਾਰੇ ਲਵ ਯੂ।